ਰਾਤ ਆਜ ਵਮਿੱਤੀ ਬਾਬਾ ਜੀ ਮੈਂ ਛਸ਼ੋ ਪੰਜ ਜਰਨਦਾ ਹਾਂ ਇਸ ਲਈ ਮੈਂ ਭਜਨ ਸਿਮਰਨ ਕਰਨ ਲਈ ਆਪਣੀ ਸ਼ਾਂਤ ਜਗ੍ਹਾ ਤੇ ਜਾ ਕੇ ਬੈਠਦਾ ਹਾਂ ਉਸ ਤੋਂ ਪਹਿਲਾਂ ਹੀ ਮੇਰੇ ਇੱਥੋਂ ਆਵਾਜ਼ਾਂ ਜੀਆਂ ਸ਼ੁਰੂ ਹੋ ਜਾਂਦੀਆਂ ਨੇ ਕਰਨ ਨਾਲ ਔਰ ਮੈਂ ਛਸ਼ੋ ਪੰਜ ਜਰਨਦਾ ਹਾਂ ਕਿ ਇਹ ਦਿਆਲ ਦੀ ਦਇਆ ਹੈ ਕਿ ਕਾਲ ਦੀ ਚਾਲ ਹੈ ਮੈਨੂੰ ਸਿਮਰਨ ਵੀ ਨਹੀਂ ਕਰਨ ਦਿੰਦੀ ਉਸ ਤੋਂ ਪਹਿਲੇ ਮੇਰੇ ਧਿਆਨ ਨੂੰ ਕਿ ਚਲੈਂਦੀ ਹੈ ਨਹੀਂ ਬੇਟਾ ਸ਼ਬਦ ਤਾਂ 24 ਘੰਟੇ ਸਾਡੇ ਹਰੇਕ ਵਿੱਚ ਵੱਜ ਰਿਹਾ ਹੈ ਹਾਂਜੀ ਸਾਡੀ ਇਕਾਗਰਤਾ ਹੈ ਨਹੀਂ ਠੀਕ ਹੈ ਨਾ ਆਪਾਂ ਸਿਮਰਨ ਕਰਦੇ ਆਂ ਇਕਾਗਰਤਾ ਲਿਆਉਣ ਵਾਸਤੇ ਮਗਰ ਜਿਹਨੂੰ ਸੁਣਾਈ ਦੇ ਰਿਹਾ ਓ ਉਖ ਭਰ ਆ ਜਾਂਦਾ ਹੈਗਾ ਆਪਾਂ ਨੂੰ ਚੰਗੀ ਗੱਲ ਹੈ ਠੀਕ ਹੈ ਬੈਠੋ ਸਿਮਰਨ ਨਾਲ ਸ਼ੁਰੂ ਕਰੋ ਔਰ ਫਿਰ ਭਜਨ ਤੇ ਬਹਿ ਜਾਓ ਤੇ ਮੈਨੂੰ ਅਜ ਤੱਕ ਨਾ ਤਾਂ ਲਾਈਟ ਨਜ਼ਰ ਆਈ ਏ ਤੇ ਨਾ ਮਹਾਰਾਜ ਜੀ ਦੇ ਦਰਸ਼ਨ ਆਏ ਨੇ ਤੈਂ ਬੇਟਾ ਦੇਖੋ ਆ ਪਾਣੀ ਮੰਗਣਾ ਕੋਸ਼ ਆਪਾਂ ਤਾਂ ਭਾਣੇ ਚ ਰਹਿਣਾ ਜਦੋਂ ਉਹ ਉਸ लायक ਸੋਚਣਗੇ ਆਪਣੇ ਆਪ ਦੇਣਗੇ ਠੀਕ ਹੈ ਆਪਾਂ ਤਾਂ ਬਖਸ਼ਿਸ਼ ਹੀ ਮੰਗਣੀ ਹੈ ਠੀਕ ਹੈ ਜੀ ਬਾਕੀ ਉਹਨਾਂ ਤੇ ਛੱਡੋ